ਬਸ ਇੱਕ ਗੱਲ ਖਿਆਲ ਰੱਖੋ, ਉਹ ਗੱਲ ਸੁਣੋ ਜਿਹਦੇ ਨਾਲ ਤੁਹਾਡਾ ਜੀ ਕਰੇ ਵੀ ਆਪਾਂ ਨਿਤਨੇਮ ਕਰੀਏ ਆਪਣਾ ਸਤਿਨਾਮ। ਸ੍ਰੀ ਵਾਹਿਗੁਰੂ। ਉਹ ਗੱਲ ਸੁਣੋ ਜਿਹਦੇ ਨਾਲ ਤੁਹਾਡਾ ਜੀ ਕਰੇ ਵੀ ਗੁਰੂ ਗ੍ਰੰਥ ਸਾਹਿਬ ਦੇ ਚੱਲ ਕੇ ਦਰਸ਼ਨ ਕਰੀਏ ਆਪਣਾ ਸਤਿਨਾਮ। ਸ੍ਰੀ ਵਾਹਿਗੁਰੂ। ਤੁਹਾਨੂੰ ਜਿਹਦੇ ਨਾਲ ਗੁਰੂ ਚਰਨਾਂ ਤੇ ਭਰੋਸਾ ਬਣੇ ਉਹ ਸੁਣੋ। ਕਈ ਵਾਰ ਇਹ ਜੇ ਮੋਬਾਈਲਾਂ ਤੇ ਕਲਿੱਪ ਆਉਂਦੇ ਆ, ਆਪਾਂ ਬੜੇ ਚਸਕੇ ਲੈ ਕੇ ਉਹਨਾਂ ਨੂੰ ਰਸ ਜੇ ਲੈ ਕੇ ਸੁਣਦੇ ਆ, ਕੰਨ ਰਸ ਲੈ ਕੇ, ਪਰ ਉਹਨਾਂ ਵਿੱਚ ਪਾਉਣ ਕੱਢਣ ਨੂੰ ਕੁਛ ਨਹੀਂ ਹੁੰਦਾ, ਅਸ਼ਰਧਕ ਹੁੰਦੇ ਨੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮੈਂ ਹੈਰਾਨ ਹਾਂ, ਰਾਤ ਵੀ ਇਹ ਬੇਨਤੀ ਕੀਤੀ ਸੀ ਕਿ ਅੱਜ ਸਿੱਖ ਹੀ ਗੁਰੂ ਸਾਹਿਬਾਂ ਦੇ ਇਤਿਹਾਸ ਨੂੰ ਕਹਿਣ ਲੱਗ ਗਏ ਵੀ ਇਹ ਝੂਠਾ ਹੈ, ਆਖੋ ਸਤਨਾਮ। ਨਿੱਕੇ ਹੁੰਦੇ ਤੋਂ ਸੁਣਦੇ ਆਏ ਹਾਂ ਕਿ ਬਾਬਾ ਅਜੈ ਸਿੰਘ ਜੀ ਦਾ ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੇ ਮੁੱਖ ਵਿੱਚ ਪਾਇਆ ਸੀ ਆਖੋ ਸਤਨਾਮ। ਅੱਜ ਸਿੱਖ ਹੀ ਕਹਿਣ ਲੱਗ ਗਿਆ ਤੁਸੀਂ ਵੇਖਿਆ ਆਖੋ ਸਤਨਾਮ, ਤੁਸੀਂ ਵੇਖਿਆ ਇਹ ਐਂ ਹੋਇਆ ਸੀ, ਤੁਸੀਂ ਵੇਖਿਆ ਸਿੱਖ ਕਹਿਣ ਲੱਗ ਗਿਆ ਆਖੋ ਸਤਨਾਮ। ਗੁੜਤੀ ਵਿੱਚ ਸੁਣਿਆ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੀਸ ਧੜ ਤੋਂ ਜੁਦਾ ਹੋ ਗਿਆ, ਉਹਨਾਂ ਨੇ ਐਂ ਸੀਸ ਰੱਖ ਕੇ ਫਿਰ ਯੁੱਧ ਕੀਤਾ। ਅੱਜ ਸਿੱਖੀ ਕਹਿਣ ਲੱਗ ਗਏ ਨਹੀਂ ਜੀ, ਮਾੜਾ ਜਿਹਾ ਟੱਕ ਲੱਗਾ ਸੀ, ਧੜ ਤੋਂ ਜੁਦਾ ਨਹੀਂ ਸੀ ਹੋਇਆ ਆਖੋ ਸਤਨਾਮ। ਐਸੇ ਐਸੇ ਮੂਰਖ ਲੋਕ ਜੰਮ ਪਏ, ਗੁਰੂ ਬਚਾਏ ਇਹਨਾਂ ਤੋਂ, ਪਤਾ ਨਹੀਂ ਕੀ ਕੱਢਣਾ ਚਾਹੁੰਦੇ ਹੈ। ਮੈਂ ਤਾਂ ਕਥਾ ਕੀਰਤਨ ਇਹੀ ਸਮਝਦਾ ਵੀ ਜਿਹਦੇ ਤੋਂ ਕਿਸੇ ਨੂੰ ਕੋਈ ਚੰਗੀ ਸਿੱਖਿਆ ਆ ਜਾਵੇ ਆਖੋ ਸਤਨਾਮ। ਪਹਿਲਾਂ ਸਿੱਖਾਂ ਨੇ ਮਿਲਣਾ ਇੱਕ ਦੂਜੇ ਨੂੰ, ਤੂੰ ਨਿਤਨੇਮ ਕਰਦੇ, ਤੂੰ ਰਹਿਰਾ ਸਾਹਿਬ ਕਰਦੇ, ਹੁਣ ਕਹਿਣ ਲੱਗ ਗਏ ਅਸੀਂ ਤੁਹਾਡੇ ਨਿਤਨੇਮ ਤੋਂ ਕੀ ਲੈਣਾ, ਤੁਸੀਂ ਇਹ ਦੱਸੋ ਜੀ ਤੁਸੀਂ ਡਿਊਟੀ ਟਾਈਮ ਤੇ ਜਾਂਦੇ ਹੋ ਕਿ ਨਹੀਂ ਆਖੋ ਸਤਨਾਮ, ਵੀ ਨਿਤਨੇਮ ਤੋਂ ਅਸੀਂ ਕੀ ਲੈਣਾ, ਐਵੇਂ ਦੀਆਂ ਗੱਲਾਂ ਸਿੱਖ ਹੀ ਕਰਨ ਲੱਗ ਗਏ। ਸੋ ਐਵੇਂ ਦੀਆਂ ਗੱਲਾਂ ਤੋਂ ਗੁਰੇਜ਼ ਕਰਕੇ ਮੈਂ ਬੋਲਿਆ ਨਹੀਂ ਵੈਸੇ ਕਦੇ ਇਹਨਾਂ ਟੋਪਿਕਾਂ ਤੇ, ਪਰ ਅੱਜ ਇਹ ਬੇਨਤੀ ਕਰਦਾ ਵੀ ਇਹੋ ਜਿਹੇ ਸਾਕਤਾਂ ਦੇ ਬਚਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਆਖੋ ਸਤਨਾਮ। ਉਹ ਗੱਲ ਸੁਣੋ ਕਰਨਾ ਕੀ ਹੈ, ਆਖਰ ਇੱਕ ਦਿਨ ਚਲੇ ਜਾਣਾ, ਸੇਵਾ ਸਿਮਰਨ ਹੋ ਜਾਵੇ ਤੇ ਬੰਦਾ ਆਪਣੇ ਕਾਰ ਵਿਹਾਰ ਕਿਰਤ ਜਿਹੜੀ ਆ ਉਹ ਆਪਣੀ ਚੰਗੀ ਤਰ੍ਹਾਂ ਕਰੇ, ਬਸ ਆਹੀ ਤਾਂ ਹੈ ਆਖੋ ਸਤਨਾਮ। ਗੁਰੂ ਸਾਹਿਬ ਕਿਰਪਾ ਕਰਨ ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਲਈ ਖਿਮਾ ਬਖਸ਼ ਦੇਣਾ ਜੀ। ਸੰਤ ਜਨਾ ਮਿਲ ਹਰ ਜਸ ਗਾਓ, ਸੰਤ ਜਨਾ ਮਿਲ ਹਰ ਜਸ ਗਾਓ, ਸੰਤ ਜਨਾ ਮਿਲ ਹਰ ਜਸ ਗਾਓ, ਸੰਤ ਜਨਾ ਮਿਲ ਹਰ